मैं 2012 ਤੋਂ ਪਰਾਲੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ। मैं 2008 'ਚ ਨੌਕਰੀ ਛੱਡ ਕੇ ਆਪਣੇ ਪਿੰਡ ਕਲਰ ਮਜਰੀ ਆ ਕੇ ਖੇਤੀ ਕਰਨ ਲੱਗਿਆ ਤੇ ਜਿਹੜੀਆਂ ਮੈਨੂੰ ਚੀਜ਼ਾਂ ਲੱਗੀਆਂ ਵੀ ਜਿਹੜੇ ਬਹੁਤ ਸਮੱਸਿਆ ਆ ਜਾਂਦੀ ਆ ਜਿਵੇਂ ਕਿ ਖੇਤ ਦੇ ਵਿੱਚ ਜਿਹੜੀ ਪਰਾਲੀ ਨੂੰ ਅੱਗ ਲਾਉਂਦੇ ਸੀ ਉਹਦੇ ਨਾਲ ਸੜਕ ਤੇ ਆਵਾਜਾਈ ਦੇ ਵਿੱਚ ਐਕਸੀਡੈਂਟ ਹੁੰਦੇ ਸੀਗੇ ਤੇ ਉਹਨਾਂ ਨੂੰ ਦੇਖਦੇ ਹੋਏ ਮੈਂ ਆਪਣਾ ਪ੍ਰਣ ਲਿਆ ਵੀ ਮੈਂ ਅੱਗ ਨਹੀਂ ਲਾਉਂਗਾ। 2012 ਤੋਂ ਮੈਂ ਅੱਗ ਲਾਉਣਾ ਹਟ ਗਿਆ ਤੇ ਮੈਂ ਉਸ ਤੋਂ ਬਾਅਦ ਲੱਭਦਾ ਰਿਹਾ ਵੀ ਇਹਦੇ ਕੀ ਵਧੀਆ ਤੋਂ ਵਧੀਆ ਹੱਲ ਨੇ। ਮੈਂ KVK ਜਿਹੜਾ ਆਪਣਾ ਸਾਡੇ ਰੌਣੀ ਆ ਉਹਨਾਂ ਨਾਲ ਵੀ ਗੱਲ ਕਰਦਾ ਰਿਹਾ ਤੇ ਇਹਦੇ ਵਧੀਆ ਹੱਲ ਲੱਭਣ ਲਈ ਮੈਨੂੰ 2012 ਦੇ ਵਿੱਚ ਲੱਭ ਗਿਆ ਵੀ ਇਹਦਾ ਹੱਲ ਵੀ ਖੇਤ ਦੇ ਵਿੱਚ ਜਾਂ ਤਾਂ ਇਹਨੂੰ ਪਰਾਲੀ ਨੂੰ ਖੇਤ ਦੇ ਵਿੱਚ ਮਲਾਈ ਜਾਵੇ ਜਾਂ ਫਿਰ ਹੈਪੀ ਸੀਡਰ ਰਾਹੀਂ ਜਾਂ ਫਿਰ ਮਲਚਿੰਗ ਰਾਹੀਂ ਖੇਤ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਵੇ। ਪਰ ਸਮੇਂ ਦੇ ਨਾਲ ਅਸੀਂ ਦੇਖਿਆ ਵੀ ਇਹਦੇ ਜਿਹੜੇ ਵੀ ਟੈਕਨੀਕਾਂ ਅਪਲਾਈ ਕੀਤੀਆਂ ਉਹਨਾਂ ਦੇ ਸਾਰਿਆਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲੇ। 2017 ਦੇ ਵਿੱਚ ਅਸੀਂ ਆਪਣਾ ਪਿੰਡ ਕਲਰ ਮਾਜਰੀ ਨੂੰ ਅਸੀਂ ਸੋਚਿਆ ਵੀ ਇਹਨੂੰ ਅੱਗ ਰਹਿਤ ਕਰੀਏ। ਸਾਡੇ ਪਿੰਡ ਦੇ ਸਾਰੇ ਕਿਸਾਨ ਇਸ ਗੱਲ ਨੂੰ ਰਾਜ਼ੀ ਹੋ ਗਏ। ਅਸੀਂ 2017 ਦੇ ਵਿੱਚ ਸਾਰੇ ਪਿੰਡ ਨੇ 0% ਬਰਨਿੰਗ ਕੀਤੀ। ਉਸ ਦੇ ਨਾਲ ਸਾਡਾ ਪਿੰਡ ਇੱਕ ਲਾਈਮ ਲਾਈਟ 'ਚ ਆਇਆ, ਹਾਈਲਾਈਟ ਹੋਇਆ। ਅਤੇ 2017 ਦੇ ਵਿੱਚ ਫਿਰ ਯੂਨੀਅਨਸ ਕਈ ਕਿਸਾਨ ਜਿਹੜੇ ਸੀਗੇ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਵੀ ਕੀ ਕਰ ਰਹੇ ਹਾਂ, ਉਹਨਾਂ ਦਾ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਾਨੂੰ। ਪਰ ਅਸੀਂ ਉਹਨਾਂ ਨੂੰ ਸਮਝਾਇਆ ਵੀ ਇਹ ਜਿਹੜੇ ਅੱਗ ਲੱਗਦੀ ਹੈ ਇਹਦੇ ਨਾਲ ਸਮੁੱਚੇ ਲੋਕਾਂ ਨੂੰ ਸਾਰਿਆਂ ਨੂੰ ਇਹਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਅਸੀਂ ਇਸ ਚੀਜ਼ ਨੂੰ ਅੱਗੇ 2017 ਤੋਂ ਹੁਣ ਤੱਕ 2022 ਤੱਕ ਅਸੀਂ ਖੇਤਾਂ ਦੇ ਵਿੱਚ ਅੱਗ ਨਹੀਂ ਲਾਈ ਸਾਡੇ ਸਾਰੇ ਪਿੰਡ ਨੇ। ਅਤੇ ਇਸ ਚੀਜ਼ ਨੂੰ ਦੇਖਦੇ ਹੋਏ 2018 ਦੇ ਵਿੱਚ 28 ਅਕਤੂਬਰ 2018 ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਕੋਲ ਵੀ ਇਸ ਗੱਲ ਦੀ ਆਵਾਜ਼ ਪਤਾ ਲੱਗੀ। ਫਿਰ ਉਹਨਾਂ ਨੇ ਸਾਡੇ ਪਿੰਡ ਦਾ ਨਾਮ ਮਨ ਕੀ ਬਾਤ ਦੇ ਵਿੱਚ 28 ਅਕਤੂਬਰ 2018 ਦੇ ਵਿੱਚ ਲਿਆ ਅਤੇ ਸਾਡੇ ਪਿੰਡ ਦਾ ਨੂੰ ਪ੍ਰਸ਼ੰਸਾ ਕੀਤੀ ਅਤੇ ਸਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਹੈ ਵੀ ਜਦ ਇੱਕ ਪ੍ਰਧਾਨ ਮੰਤਰੀ ਇੱਕ ਛੋਟੇ ਜਿਹੇ ਪਿੰਡ ਦਾ ਨਾਮ ਲੈਂਦਾ ਹੈ ਅਤੇ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਵੀ ਉਹਨਾਂ ਨੇ ਨਾਮ ਲਿਆ ਅਤੇ ਸਾਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਹੌਸਲਾ ਹੋਇਆ। ਲੋਕ ਹੋਰ ਜੁੜੇ, ਅਸੀਂ ਸਾਡਾ ਪਿੰਡ ਹੀ ਨਹੀਂ ਅਸੀਂ ਆਲੇ ਦੁਆਲੇ ਪਿੰਡਾਂ ਨੂੰ ਵੀ ਇਸ ਚੀਜ਼ ਨਾਲ ਜੋੜਿਆ। ਗਵਰਨਰ ਹਾਊਸ ਦੇ ਵਿੱਚ ਬੁਲਾਇਆ ਜਿਹੜਾ ਇੱਕ ਮਨ ਕੀ ਬਾਤ ਦੇ ਦਾ ਜਿਹੜਾ ਪ੍ਰੋਗਰਾਮ ਹੈ 6ਵਾਂ ਐਪੀਸੋਡ ਉਹਦੇ ਲਈ ਸਾਨੂੰ ਚੰਡੀਗੜ੍ਹ ਪੰਜਾਬ ਗਵਰਨਰ ਹਾਊਸ 'ਚ ਬੁਲਾਇਆ ਜੀ ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਸਾਨੂੰ ਬੁਲਾ ਕੇ ਸਾਡਾ ਮਾਨ ਸਨਮਾਨ ਕੀਤਾ ਜਾਂਦਾ। ਅਸੀਂ ਚਾਹੁੰਦੇ ਵੀ ਹੋਰ ਵੀ ਜਿਹੜੇ ਕਿਸਾਨ ਨੇ ਇਸ ਚੀਜ਼ ਤੋਂ ਪ੍ਰੇਰਿਤ ਹੋ ਕੇ ਇਸ ਚੀਜ਼ ਮੁਹਿੰਮ ਦੇ ਨਾਲ ਲੱਗਣ ਤਾਂ ਕਿ ਜਿਹੜਾ ਆਪਣਾ ਹਵਾ ਪਾਣੀ ਹੈ ਇਹ ਵੀ ਸਵੱਛ ਰਹੇ ਅਤੇ ਹੋਰ ਵੀ ਕਿਸਾਨ ਵੀ ਆਪੋ ਆਪਣੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਉਹਦੇ ਲਈ ਪ੍ਰਧਾਨ ਮੰਤਰੀ ਜੀ ਮੈਂ ਕਹਿੰਦਾ ਵੀ ਬਹੁਤ ਸਾਰੇ ਹੋਰ ਕਿਸਾਨਾਂ ਨੂੰ ਸਨਮਾਨਿਤ ਕਰਨ ਤਾਂ ਕਿ ਲੋਕ ਉਤਸ਼ਾਹਿਤ ਹੋ ਕੇ ਆਪੋ ਆਪਣੇ ਕਿੱਤੇ ਨੂੰ ਸ਼ੌਂਕ ਨਾਲ ਕਰਨ, ਪਿਆਰ ਨਾਲ ਕਰਨ ਅਤੇ ਜਿਹੜਾ ਸਨਮਾਨ ਮਿਲਦਾ ਉਹਦੇ ਨਾਲ ਬੰਦੇ ਨੂੰ ਖੁਸ਼ੀ ਮਿਲਦੀ ਆ। ਜਿਹੜੀ ਮਨ ਦੀ ਜਿਹੜੀ ਖੁਸ਼ੀ ਆ ਉਹ ਸਨਮਾਨ ਨਾਲ ਹੀ ਹੁੰਦੀ ਹੈ, ਪੈਸੇ ਦੀ ਖੁਸ਼ੀ ਪੈਸੇ ਨਾਲ ਆ। ਧੰਨਵਾਦ ਜੀ।